ਕਾਰਨ ਸਾਡਾ ਹੀ ਕੀ ਸੀਗਾ, ਮੈਨੂੰ ਕਹਿੰਦੇ ਵੀ ਹਿੱਸਾ ਦੇ ਦੋ, ਮੈਂ ਹਿੱਸਾ ਹਾਂ ਵੀ ਦੋ ਜਵਾਕ ਵਿਆਹ ਕਿਵੇਂ ਦੇ ਦੂੰਗੀ, ਬਸ ਆਹ ਗੱਲ ਹੋ ਗਈ, ਹੋਰ ਕੋਈ ਗੱਲ ਨਹੀਂ। ਅਤੇ ਉਦੋਂ ਬਾਅਦ ਮੇਰੇ ਮੁੰਡੇ ਨੂੰ ਗਾਲਾਂ ਗੁਲਾਂ ਜਾਂ ਕੱਢਣ ਲੱਗ ਗਏ, ਚਲੋ ਮੇਰੇ ਮੁੰਡੇ ਦੇ ਫੱਟੀ ਚੱਕ ਕੇ ਮਾਰ ਲੱਗਿਆ, ਅਤੇ ਉਹ ਇੰਨੇ ਦੂਸਰੇ ਮੁੰਡੇ ਪਹਿਲਾਂ ਬੈਠੇ ਸੀਗੇ, ਉਹਨਾਂ ਨੇ ਹਟਾ ਹਟੋ ਕੇ ਪੁਲਿਸ ਹਟਾ ਤੀ, ਫੱਟੀ ਪੁੱਟੀ ਫੜ ਲਈ, ਬਸ ਜੱਫੀ ਜੱਫੀ ਹੋ ਗਈ। ਠੀਕ ਹੈ ਜੀ, ਬਸ ਆਹ ਹੋਇਆ ਜੀ, ਹੋਰ ਸਾਡਾ ਕੋਈ, ਬਸ ਅਸੀਂ ਜੱਫਮ ਜੱਫੀ ਜਾਂਦੇ, ਉਹ ਆਪਦੇ ਘਰ ਨੂੰ ਵੱਗ ਗਏ, ਅਸੀਂ ਆਪਦੇ ਘਰੇ ਬੈਠ ਗਏ। ਉਹਨੇ ਦੋ ਚਾਰ ਮਿੰਟਾਂ ਬਾਅਦ ਹੀ ਉੱਥੋਂ ਬੰਦੇ ਬੁਲਾ ਕੇ ਸਾਡਾ, ਅਸੀਂ ਭੱਜ ਕੇ ਜਦੋਂ ਦੇਖੇ ਬੰਦੇ ਆ ਕੇ ਖਾਸੇ, ਅਸੀਂ ਭੱਜ ਗਏ, ਉਹਨਾਂ ਨੇ ਸਾਡਾ ਮਗਰਾ ਤੋੜਤਾ, ਅਸੀਂ ਨਹੀਂ ਮਿਲੇ, ਬਸ ਆਹ ਕੁਛ ਛੱਡਣਾ, ਹੋਰ ਕੁਛ ਨਹੀਂ। ਆ ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਹੀ ਸਾਡਾ ਇਹ ਸਮਝੋ ਆਹ ਹੋਣਾ ਚਾਹੀਦਾ, ਬਸ ਆਹ ਸਾਡਾ ਕਲੀਅਰ ਹੋ ਜਾਵੇ, ਮੈਂ ਤਾਂ ਦਿਹਾੜੀ ਕਰਦਾ, ਰੋਜ਼ ਖਾਂਦਾ, ਬਸ ਉਹੀ ਕਮਾਉਣੇ ਹੀ ਖਾਂਦਾ। ਮੁੰਡਾ ਉਡਾ ਰਹਿੰਦਾ? ਮੁੰਡਾ ਕਿਰਾਏ 'ਤੇ ਰਹਿੰਦਾ ਜੀ, 3-7 ਸਾਲ ਹੁੰਦੇ, ਜਾਂਦੀ ਵਿਆਹ ਜਾਂਦੀ। ਮੇਰਾ ਤਾਂ ਮੁੰਡਾ ਵਧੀਆ ਵੱਸਦਾ ਅਤੇ ਕਰਦਾ ਅਤੇ 3 ਸਾਲ ਦਾ ਅੱਡ ਸੀਗਾ, ਇੱਕ ਦਿਨ ਪਹਿਲਾਂ ਇਹਦਾ ਸਾਲਾ ਆਇਆ ਸੀਗਾ, ਸਾਨੂੰ ਕੋਈ ਪਤਾ ਨਹੀਂ ਸੀਗਾ, ਅਸੀਂ ਵਧੀਆ ਉਹਦੀ ਸੇਵਾ ਕਰੀ, ਠੰਡਾ ਲਿਆਂਦਾ, ਸਾਰਾ ਕੁਛ ਕਰਿਆ। ਮੈਨੂੰ ਕਹਿੰਦਾ ਵੀ ਮੈਂ ਹੁਣੇ ਜਾਂਦਾਗਾ, ਜਾਂਦਾ ਜਾਂਦਾ ਉਹਨੂੰ 4 ਵੱਜ ਗਏ, ਸਾਨੂੰ ਕੋਈ ਪਤਾ ਨਹੀਂ ਸੀਗਾ। ਮੇਰੇ ਤਾਂ ਜੀ ਲੱਤਾਂ ਪਲੇਟਾਂ ਪਈਆਂ ਨੇ, ਮੇਰੇ ਤਾਂ ਸਾਰੀ ਲੱਤ ਸੁੱਜੀ ਪਈ ਆ। ਇਹ ਕਿਹਨੇ ਮਾਰਿਆ? ਇਹ ਉਹਨਾਂ ਨੇ ਮਾਰਿਆ, ਮੁੰਡੇ ਨੇ। ਨਹੀਂ, ਜਦੋਂ ਘਰੇ ਆਏ ਨੇ ਹੁੰਡੇ ਇਕੱਠੇ ਹੋ ਗਏ, ਕੀ ਕਹਿੰਦੇ ਸੀ ਵੀ ਕਿਉਂ ਇੱਕ ਦਿਨ? ਉਹ ਮੈਨੂੰ ਧੱਕਾ ਦਿੱਤਾ ਜੀ ਉਹਨਾਂ ਨੇ। ਮੰਗ ਕੀ ਸੀ ਉਹਨਾਂ ਦੀ, ਕੀ ਕਹਿੰਦੇ ਸੀ ਉਹ? ਉਹ ਮੰਗਾਂ ਇਹ ਕਹਿੰਦੇ ਸੀਗੇ ਵੀ ਮੇਰੇ ਕੁੜੀ ਨੂੰ ਹਿੱਸਾ ਦੇ ਦਿਓ। ਅੱਛਾ, ਮੇਰੀ ਭੈਣ ਨੂੰ। ਅਸੀਂ ਆਖਿਆ ਹਿੱਸਾ ਲੈ ਲਾ, ਕਮਰਾ ਤਿਆਰ ਆ। ਅੱਛਾ ਜੀ। ਅਤੇ ਮੈਂ ਆਖਿਆ ਵੀ ਮੇਰੇ ਮੁੰਡੇ ਨੇ ਪੈਸੇ ਲਾਏ ਨੇਗੇ, ਛੋਟੇ ਨੇ, ਵੀ ਜਿਹੜੀ ਉਹਦੀ ਤਨਖਾਹ ਹੁੰਦੀ ਹੈ ਵੀ ਮੈਂ ਅੱਧੀ ਫੜੂੰਗੀ। ਉਹ ਕਹਿੰਦੇ ਅਸੀਂ ਨਹੀਂ ਲੈਣ ਦਿੰਦੇ। ਮੇਰਾ ਮੁੰਡਾ ਕਹਿੰਦਾ ਵੀ ਮੰਮੀ ਮੈਂ ਤੈਨੂੰ 5,000 ਦੇ ਦਿਆ ਕਰੂੰਗਾ। ਉਹ ਕਹਿੰਦੇ ਅਸੀਂ ਲੈਣ ਦਿੰਦੇ। ਅੱਛਾ ਜੀ। ਹਾਂ ਵੀ ਮੈਂ ਕਿੱਥੋਂ ਲਾਵਾਂ? ਕੰਧ ਕੰਧ ਕੱਢਣ ਕਹਿੰਦੇ? ਹਾਂ, ਕੰਧ ਕੱਢਣ ਨੂੰ ਕਹਿੰਦੇ ਸੀ, ਗੌਰਮੈਂਟ ਦੇ ਪੈਸੇ ਨੇ, ਮੋਦੀ ਨੇ ਪੈਸੇ ਲਾਏ ਨੇ, 1.5 ਲੱਖ ਮੈਨੂੰ ਪਾਇਆ, ਮੈਂ ਤਾਂ ਬੈਠੀ ਹਾਂ। ਅੱਛਾ, ਇਹ ਘਰ ਪ੍ਰਧਾਨ ਮੰਤਰੀ ਯੋਜਨਾ 'ਚ ਬਣਿਆ ਹੋਏਗਾ? ਹਾਂਜੀ, ਜਿਹੜਾ ਤੋੜਿਆ ਉਹਨਾਂ ਨੇ। ਹਾਂਜੀ, ਕੀ ਮੰਗ ਕਰਦੇ ਹੋ ਹੁਣ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ? ਮੈਂ ਤਾਂ ਇਹ ਕਹਿੰਦੀ ਹਾਂ ਵੀ ਮੇਰਾ ਸਾਰਾ ਵਧੀਆ ਹੋਣਾ ਚਾਹੀਦਾ, ਜਿਵੇਂ ਭੰਨਤਾ ਹੈ। ਇੱਕ ਮੇਰੀ ਆਹ ਗਈ ਵੀ ਮੇਰੇ ਬੱਚਿਆਂ ਨੂੰ ਡਰ ਆ। ਕੀ ਕਹਿੰਦੇ ਨੇ? ਉਹ ਕਹਿੰਦੇ ਅਸੀਂ ਮਾਰਾਂਗੇ। ਇਹ ਮੇਰੇ ਭਾਈ ਦਾ ਸਾਲਾ ਸੀ ਜੀ, ਨਾਲ ਉਹਦੇ ਬੰਦੇ ਸੀਗੇ 7-8, ਅਤੇ ਉਹ ਆਏ ਸੀ ਸਾਡੇ ਨਾਲ ਪੰਚਾਇਤੀ ਗੱਲ ਕਰਨ ਵਾਸਤੇ। ਗੱਲ ਕਰਕੇ ਉਹ ਗਾਲਾਂ ਕੱਢਣ ਲੱਗ ਗਿਆ ਮੇਰੇ ਭਾਈ ਨੂੰ, ਅਤੇ ਉਹ ਚੱਕ ਕੇ ਫੱਟੀ ਮਾਰਨ ਲੱਗਿਆ ਸੀ, ਛੜਾ ਰਹੇ ਸੀਗੇ। ਕੀ ਗੱਲ ਕਰਦੇ ਸੀ ਉਹ? ਉਹ ਗੱਲ ਕਰਦੇ ਸੀਗੇ ਵੀ ਸਾਨੂੰ ਘਰ ਰਹਿਣ ਵਾਸਤੇ ਦਿਓ, ਅਤੇ ਅਸੀਂ ਕਿਹਾ ਵੀ ਚੱਲ ਕਮਰਾ ਪਾ ਕੇ ਰਹਿ ਜਾ ਆਪਦਾ, ਮੈਨੇ ਆਪਦੇ ਥੋੜ੍ਹੂ ਪਾਇਆ ਸਾਰਾ ਘਰ, ਮੈਂ ਤੂੰ ਆਪਦਾ ਡੱਪਾ ਲਾ ਭਾਈ ਰਹਿ ਜਾ। ਅਤੇ ਉਹਦੀ ਘਰ ਵਾਲੀ ਕਹਿੰਦੀ ਵੀ ਮੈਂ ਕੰਧ ਕੱਢੂੰਗੀ ਵਿੱਚ ਦੀ। ਹੁਣ ਸਾਡੇ ਲਈ 50 ਗਜ਼, 60-100 ਗਜ਼ ਜਗ੍ਹਾ ਉਹ 'ਚ ਕੀ ਕੰਧ ਕੱਢਾਂਗੇ? ਠੀਕ ਹੈ ਜੀ। ਅਤੇ ਰਹੀ ਗੱਲ, ਇਹਨਾਂ ਨੇ ਕਿਹਾ ਵੀ ਅਸੀਂ ਤਾਂ ਅੱਧਾ ਹਿੱਸਾ ਲਵਾਂਗੇ ਇਹਦੇ ਵਿੱਚੋਂ, ਅਸੀਂ ਤਾਂ ਫਿਰ ਵੀ ਮੰਨ ਕੇ ਦੀ ਮੈਂ ਕੰਧ ਨਹੀਂ ਕੱਢਣੀ, ਤੁਸੀਂ ਐਂ ਰਹਿ ਜਾਓ। ਠੀਕ ਹੈ। ਅਤੇ ਉਹ ਕਹਿੰਦੇ ਵੀ ਐਵੇਂ ਨਹੀਂ ਰਹਿਣ ਦੇਗੇ। ਫਿਰ ਅਸੀਂ ਸਾਡੇ ਮੇਰੇ ਵੱਡੇ ਭਾਈ ਨੂੰ ਕੁੱਟਣ ਲੱਗ ਗਿਆ, ਅਤੇ ਫਿਰ ਅਸੀਂ ਛਡਾਉਣ ਲੱਗ ਗਏ, ਬਸ ਫਿਰ ਭੱਜ ਗਏ ਉਹ, ਫਿਰ ਕੁੱਟ ਕੱਟ ਕੇ ਸਾਨੂੰ ਭੱਜ ਗਏ ਆ। ਫਿਰ ਆ ਕੇ ਉਹਨਾਂ ਨੇ ਮੁੰਡੇ ਬੁਲਾ ਲਏ, ਫਿਰ ਅਸੀਂ ਉਦੋਂ ਭੱਜ ਗਏ ਹਾਂ। ਰਾਤ ਨੂੰ ਫਿਰ ਆਏ ਨੇ? ਰਾਤ ਨੂੰ 2 ਵਜੇ ਫਿਰ ਆਏ ਨੇ ਜੀ, ਫਿਰ ਕੁੱਟਣ ਆਏ ਨੇ। ਫਿਰ ਅਸੀਂ ਲੁੱਕ ਕੇ ਗੁਆਂਢੀਆਂ ਦੇ ਘਰੇ ਪਏ ਹਾਂ, ਅਤੇ ਸਾਡੇ ਸਾਰੇ ਗੁਆਂਢੀਆਂ ਨੇ ਦੇਖਿਆ ਅਤੇ ਸਾਰੀ ਗਵਾਹੀ ਦੇਣ ਨੂੰ ਤਿਆਰ ਨੇ। ਸਾਡਾ 50,000 ਰੁਪਇਆ ਸੀਗਾ ਜੀ, ਉਹ ਚੱਕ ਕੇ ਲੈ ਗਿਆ। ਮੈਂ ਲੌਂਗ ਵਾਲੇ ਪੇਂਟ ਵਾਲੇ ਤੋਂ ਲੈ ਕੇ ਆਇਆ ਸੀਗਾ ਜੀ। ਕਾਹਦੇ ਵਾਸਤੇ? ਉਹ ਮੈਂ ਘਰੇ ਫਰਸ਼ ਲਵਾਉਣਾ ਸੀਗਾ ਜੀ। ਫਿਰ ਪੈਸੇ ਮੋੜਨ ਕਹਿੰਦੇ ਨੂੰ? ਹਜੇ ਤਾਂ ਕੁਝ ਨਹੀਂ, ਇਨਸਾਫ ਹੀ ਨਹੀਂ ਦਿੰਦਾ ਸਾਨੂੰ ਕੋਈ। ਸਾਡਾ ਸਿਰੇ 'ਤੇ ਘਰ ਆ ਜੀ, ਅਸੀਂ ਉੱਥੋਂ ਜਦੋਂ ਬਸਤੀ 'ਚ ਵੜੇ ਨੇ, ਐਂਟਰੀ ਕੀਤੀ ਇਹਨਾਂ ਨੇ ਅੰਦਰ, ਉਦੋਂ ਅਸੀਂ ਨੇ ਦੇਖੇ ਨੇ ਬਸਤੀ 'ਚ ਵੜਦੇ। ਅਸੀਂ ਕਿਹਾ ਇੱਟਾਂ ਚੱਕੀਆਂ ਨੇ ਫਿਰ ਉੱਥੋਂ ਮੇਰੇ ਮੋੜ ਤੋਂ, ਕੰਧ ਤੋਂ ਇੱਟਾਂ ਚੱਕਣ ਲੱਗੇ, ਮੈਂ ਕਿਹਾ ਮੇਰੀ ਕੰਧ ਤੋਂ ਇੱਟ ਨਹੀਂ ਚੱਕੀ, ਖਬਰਦਾਰ ਤੁਸੀਂ ਇੱਟ ਨਹੀਂ ਚੱਕਣੀ। ਇੱਟ ਉੱਥੋਂ ਚੱਕੀ ਨੇ ਉਹਨਾਂ ਨੇ, ਫਿਰ ਦੂਜੇ ਗਵਾਂਢੀਆਂ ਦੇ ਇੱਟਾਂ ਚੱਕੀ ਉਹਨਾਂ ਨੇ, ਦੂਜੇ ਗਵਾਂਢੀਆਂ ਦੇ ਇੱਟਾਂ ਚੱਕ ਕੇ ਉਰਾਂ ਲੈ ਕੇ ਆਏ ਨੇ, ਕਿਰਪਾਨਾਂ ਵੀ ਉਹਨਾਂ ਕੋਲ ਨੇ, ਮੋਟਰਸਾਈਕਲ ਦੀਆਂ ਚੈਨਾਂ ਬੋਲਟ ਦੀਆਂ ਉਹ ਉਹਨਾਂ ਦੇ ਹੱਥਾਂ 'ਚ ਨੇ। ਗਾਲਾਂ ਦਿੰਦੇ ਆਏ ਨੇ, ਕਹਿੰਦਾ ਕਿਹੜਾ ਨਿਕਲਦਾ ਨਿਕਲੋ ਉਹਨੂੰ ਬਾਹਰ। ਉਹਨਾਂ ਨੂੰ ਅਸੀਂ ਇਹਨਾਂ ਨੂੰ ਲਲਕਰਾ ਦੇ ਤਾ ਵੀ ਭਾਈ ਬੰਦੇ ਬਾਹਰ ਲਿਆ ਗਏ, ਵੀ ਤੁਸੀਂ ਪਰਾ ਉਰਾ ਹੋ ਜਾਓ ਕਰ ਦੇਣੇ, ਵੀ ਬੰਦੇ ਉਹ ਜ਼ਿਆਦਾ ਨੇ, ਇਹ ਬੰਦੇ ਥੋੜ੍ਹੇ ਸੀਗੇ, ਇਹਨਾਂ 'ਤੇ ਵਾਰਦਾਤ ਹੋ ਜਾਂਦੀ।
ਇੰਨੀ ਗੱਲ ਤੋਂ ਇਹਨਾਂ ਨੇ ਲਲਕਰਾ ਸੁਣਿਆ, ਇਹ ਸਾਈਡਾਂ 'ਤੇ ਹੋ ਗਏ, ਆਪੋ ਆਪਦੇ ਸਾਈਡ 'ਤੇ ਹੋ ਗਏ, ਸਾਈਡ 'ਤੇ ਹੋ ਗਏ। ਜਦੋਂ ਉਦੋਂ ਬਾਅਦ ਇਹਨਾਂ ਨੇ ਤੋੜ ਭੰਨ ਕੀਤੀ। ਤੁਸੀਂ ਮਗਰ ਦੇਖਣ ਆਏ ਸੀ ਕੀ ਗੱਲ? ਜਦੋਂ ਅਸੀਂ ਦੇਖਣ ਆਏ ਜੀ ਮਗਰ, ਦੋ ਚਾਰ ਗੋਲੀਆਂ ਹੋਰ ਵੀ ਤੀਆਂ ਆਈਆਂ, ਉਹ ਵੀ ਦੇਖਣ ਆਈਆਂ, ਸਭ ਦੇਖ ਕੇ ਲੁੱਕ ਗਈਆਂ ਬੰਦਿਆਂ ਨੂੰ ਦੇਖ ਕੇ, ਵੀ ਇਹ ਤਾਂ ਜ਼ਿਆਦਾ ਖਤਰਨਾਕ ਨੇ, ਅਸੀਂ ਵੀ ਲੁੱਕ ਕੇ ਫਿਰ ਦੇਖ ਕੇ ਵੀ ਬੰਦੇ ਨਾ ਜਾਣੀਏ ਸਾਡੇ 'ਤੇ ਵਾਰਦਾਤ ਕਰ ਜਾਣਗੇ। ਅਸੀਂ ਦੇਖੇ ਨੇ ਵੀ ਅੰਦਰ ਪਹਿਲਾਂ ਤੂੰ ਮੈਂ ਹੋ ਰਹੀ ਸੀਗੀ, ਉਦੋਂ ਬਾਅਦ ਇਹਨਾਂ ਦੇ ਜੱਫੇ ਪਏ। ਅਤੇ ਰਾਤ ਨੂੰ ਵੀ ਕੁੱਟਮਾਰ ਹੋਈ ਹੈ? ਰਾਤ ਵੀ ਲਾਈਨ 2 ਵਜੇ, ਰਾਤ ਨੂੰ 2 ਵਜੇ ਅਸੀਂ ਸੁੱਤੇ ਪਏ ਤੇ ਦੋ ਬੰਦੇ ਆਏ ਨੇ। ਦੇਖੇ ਸੁਣੇ? ਹਾਂ। ਅੱਛਾ ਜੀ, ਫਿਰ ਹਟਾਏ ਨਹੀਂ ਸੁਣੇ? ਹਟਾਏ ਨਹੀਂ, ਗਵਾਂਢੀ ਨੇ ਕਿਹਾ ਹਾਰ ਕੇ ਵੀ ਭਾਈ ਸਮਾਨ ਤੋਂ ਕੀ ਲੈਂਦੇ ਤੁਸੀਂ, ਗੱਲਬਾਤ ਆ, ਤੁਸੀਂ ਸੜਕੇ ਬੈਠ ਕੇ ਕਰ ਲਿਓ। ਫਿਰ ਮੁੜ ਗਈ ਜੀ। ਕੋਈ ਨਸ਼ਾ ਪਤਾ ਕੀਤਾ ਸੁਣਦਾ? ਨਸ਼ਾ ਤਾਂ ਕੀਤਾ ਹੀ ਹੋਇਆ ਸੀ ਜੀ, ਦਾਰੂ ਦੂਰੂ ਪੀਤੀ ਸੀ ਉਹਨਾਂ ਦੀ। ਮੋਟਰਸਾਈਕਲ ਭੰਨੇ? ਮੋਟਰਸਾਈਕਲ ਜਿੱਥੇ ਭੰਨਿਆ ਉੱਦਾਂ ਹੀ, ਹਾਂ, ਦੋ ਬੰਦੇ ਹੀ ਸੀ, ਬਾਕੀ ਗੱਡੀ ਉੱਥੇ ਖੜੀ ਸੀ। ਗੱਡੀ ਗੱਡੀ 'ਚ ਆਏ ਸੀ? ਹਾਂ, ਗੱਡੀ 'ਚ ਆਏ ਸੀ। ਉਹ ਦੋਨੇ ਤਰ੍ਹਾਂ ਜਿਹੜੀਆਂ ਹੈਗੀਆਂ, ਇਹਨਾਂ ਦਾ ਪਰਿਵਾਰਕ ਮਸਲਾ ਗਾ, ਇਹਨਾਂ ਦੀ ਰਿਸ਼ਤੇਦਾਰੀ ਆਪਸ ਵਿੱਚ, ਇਹ ਇਹਨਾਂ ਦਾ ਆਉਣ ਜਾਣ ਪਿੱਛੇ ਕੋਈ ਝਗੜਾ ਹੋਇਆ ਹੈਗਾ। ਦੋਨੇ ਤਰ੍ਹਾਂ ਨੂੰ ਅੱਜ ਬੁਲਾਇਆ ਹੋ ਥਾਣੇ ਦੇ ਵਿੱਚ, ਜੋ ਵੀ ਹਾਲਾਤ ਹੋਣਗੇ ਉਹਨਾਂ ਦਾ ਕਾਰਵਾਈ ਕੀਤੀ ਜਾਊ। ਸਰ, ਉਹ ਕਹਿੰਦੇ ਨੇ ਵੀ ਰਾਤ ਨੂੰ 2 ਵਜੇ ਸਾਡੇ ਘਰੇ ਆਇਆ ਸੀ, ਮੈਨੂੰ 5 ਵਜੇ ਕੁੱਟਮਾਰ ਕਰ ਗਏ ਨੇ। ਨਹੀਂ, 11 ਵਜੇ ਆਏ ਸੀ, ਸਾਡੀ ਪੁਲਿਸ ਪਾਰਟੀ ਮੌਕੇ 'ਤੇ ਚਲੀ ਗਈ ਸੀਗੀ ਅਤੇ ਇਹਨਾਂ ਨੂੰ ਸੈਟਿਸਫਾਈਡ ਕਰਵਾ ਦੇ, ਦੋਨੇ ਤਰ੍ਹਾਂ ਚਲੀਆਂ ਗਈਆਂ ਸੀ ਆਪਣੀ ਸਾਈਡ, ਅਤੇ 2 ਵਜੇ ਦਾ ਕੋਈ ਸਾਡੇ ਮਾਮਲਾ ਧਿਆਨ 'ਚ ਨਹੀਂ ਆਇਆ।